ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਅੱਜ ਜਿਹੜੇ ਆ ਬੱਚੇ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਦੇਖ ਰਹੇ ਹੋ, ਗੌਰਮਨ ਅਤੇ ਹਰਮਨ ਇਹਨਾਂ ਦਾ ਨਾਮ ਆ, ਸਰਾਵਾਂ ਪਿੰਡ ਤੋਂ ਅਸੀਂ ਇਹ ਵੀਡੀਓ ਪਾ ਰਹੇ ਹਾਂ। ਅਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ, ਪਹਿਲਾਂ ਤਾਂ ਵੀ ਇਹ ਵੀਡੀਓ ਨੂੰ ਯਾਰ ਜ਼ਰੂਰ ਸ਼ੇਅਰ ਕਰ ਦਿਓ ਜੀ, ਸਾਰੇ ਵੀਰਾਂ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਆ। ਇਹਨਾਂ ਦੋ ਬੱਚੇ ਆ ਜੀ, ਲੜਕੇ ਨੇ ਦੋਨੇ, ਅਤੇ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚੋਂ ਨੇ, ਅਤੇ ਇਹਨਾਂ ਨੂੰ ਦੋਵਾਂ ਨੂੰ ਦਿਸਦਾ ਨਹੀਂ ਹੈਗਾ ਅੱਖਾਂ ਤੋਂ। ਅਤੇ ਇਹਨਾਂ ਦਾ ਪ੍ਰੇਟ ਆ, ਇਹ ਜਿਹੜਾ ਵੀਰ ਆ ਇਹਨਾਂ ਦੇ ਡੈਡੀ ਜੀ ਨੇ, ਆ ਭੈਣ ਜੀ ਬੈਠੇ ਹੋਏ ਨੇ, ਇਹ ਕਾਫੀ ਗਰੀਬ ਪਰਿਵਾਰ ਦੇ ਵਿੱਚੋਂ ਬਿਲੋਂਗ ਕਰਦੇ ਨੇ, ਦਿਹਾੜੀ ਕਰਕੇ ਵਿਚਾਰਾ ਆਪਣੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਾਉਂਦਾ। ਇਸ ਕਰਕੇ ਇਹਨਾਂ ਕੋਲ ਜਿਹੜਾ ਇਲਾਜ ਆ ਉਹ ਵਿਚਾਰੇ ਨਹੀਂ ਕਰਵਾ ਸਕੇ ਕਾਫੀ ਟਾਈਮ ਤੋਂ, ਅਤੇ ਵਾਧੀ ਵਾਧੀ ਪ੍ਰੋਬਲਮ ਆ ਜਿੰਨੀ ਕੁ ਹੋ ਗਈ ਵੀ ਇਹਨਾਂ ਨੂੰ ਹੁਣ ਬਿਲਕੁਲ ਬੱਚਿਆਂ ਨੂੰ ਦੱਸਦਾ ਨਹੀਂ ਹੈਗਾ। ਇਹਨਾਂ ਦਾ ਕਿਸੇ ਵਧੀਆ ਹੋਸਪਿਟਲ ਦੇ ਵਿੱਚ ਆਪਾਂ ਇਲਾਜ ਕਰਵਾ ਸਕੀਏ, ਇਹ ਬੱਚੇ ਇਹਨਾਂ ਦਾ ਇਲਾਜ ਹੋ ਸਕਦਾ। ਡਾਕਟਰਾਂ ਨਾਲ ਗੱਲਬਾਤ ਹੋਈ ਆ, ਟੈਸਟ ਵਗੈਰਾ ਵੀ ਸਾਰੇ ਹੋਏ ਆ, ਪਰ ਪੂੰਜੀ ਨਾ ਹੋਣ ਕਰਕੇ ਵਿਚਾਰੇ ਇਹ ਬੱਚੇ ਆ ਜਿਹੜੇ ਅੱਜ ਇੱਦਾਂ ਹੀ ਇਹ ਫਰਸ਼ 'ਤੇ ਵਿਚਾਰੇ, ਇਹਨਾਂ ਨੂੰ ਕੁਛ ਨਹੀਂ ਦੱਸਦਾ, ਮਾਂ ਪਿਓ ਰੋਟੀ ਖਵਾਉਂਦਾ, ਇੱਦਾਂ ਹੀ ਡਿੱਗ ਪੈਂਦੇ ਆ, ਤੁਰੇ ਤੁਰੇ ਤੁਰਦੇ ਤੁਰਦੇ ਡਿੱਗ ਪੈਂਦੇ ਨੇ ਅੜ ਕੇ। ਅਤੇ ਬਹੁਤ ਹੀ ਨਾਈਸ ਬੱਚੇ ਆ, ਦਿਮਾਗ ਪੱਖੋਂ ਕਿਸੇ ਵੀ ਪੱਖੋਂ ਇਹਨਾਂ 'ਚ ਕਮੀ ਨਹੀਂ ਹੈਗੀ, ਬਹੁਤ ਵਧੀਆ ਗੱਲਬਾਤ ਵੀ ਕਰਦੇ ਨੇ ਸਾਰੇ। ਪਰ ਦੁੱਖ ਵਾਲੀ ਗੱਲ ਇਹ ਆ ਵੀ ਇਹਨਾਂ ਨੂੰ ਅੱਖਾਂ ਤੋਂ ਨਹੀਂ ਦਿਸਦਾ ਹੈਗਾ, ਅਤੇ ਤੁਸੀਂ ਸਮਝ ਹੀ ਸਕਦੇ ਹੋ ਵੀ ਅੱਖਾਂ ਤੋਂ ਜਿਹੜੇ ਬੰਦੇ ਨੂੰ ਨਾ ਇਨਸਾਨ ਨੂੰ ਦਿਸਦਾ ਹੋਵੇ ਉਹਦੀ ਜ਼ਿੰਦਗੀ ਕਿੱਦਾਂ ਦੀ ਹੁੰਦੀ ਆ। ਤਾਂ ਵੀਡੀਓ ਜ਼ਰੂਰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਜੀ, ਸਰਾਵਾਂ ਪਿੰਡ ਤੋਂ ਅਸੀਂ ਵੀਡੀਓ ਪਾ ਰਹੇ ਹਾਂ ਜੀ, ਅਤੇ ਹੋਸਪਿਟਲ ਦੇ ਵਿੱਚ ਇਹਨਾਂ ਦਾ ਅਸੀਂ ਆਪਾਂ ਟ੍ਰੀਟਮੈਂਟ ਕਰਵਾਉਣਾ ਹੈਗਾ, ਉਹਦੇ ਵਿੱਚ ਤੁਹਾਡੇ ਸਾਥ ਦੀ ਲੋੜ ਹੈਗੀ ਆ। ਜਿਹੜਾ ਵੀ ਵੀਰ ਇਹਨਾਂ ਦੀ ਹੈਲਪ ਕਰਨੀ ਚਾਹੁੰਦਾ ਤੁਹਾਨੂੰ ਡਾਇਰੈਕਟ ਪਰਿਵਾਰ ਨਾਲ ਮਿਲਾ ਦਿੱਤਾ ਜਾਊਗਾ, ਪਰਿਵਾਰ ਨੂੰ ਮਿਲ ਕੇ ਤੁਸੀਂ ਇਹਨਾਂ ਦੀ ਹੈਲਪ ਕਰ ਸਕਦੇ ਹੋ। ਸਰਾਵਾਂ ਪਿੰਡ ਆ ਜੀ, ਬਸ ਬੇਨਤੀ ਇਹੀ ਆ ਵੀ ਜਿਹੜੀਆਂ ਇੱਦਾਂ ਦੀਆਂ ਅਸੀਂ ਵੀਡੀਓ ਪਾਉਣੇ ਹੁੰਦੇ ਹਾਂ ਉਹਨੂੰ ਸ਼ੇਅਰ ਕਰ ਦਿਆ ਕਰੋ ਘਰ ਬੈਠੇ, ਕਿਉਂਕਿ ਵੱਡੇ ਵੱਡੇ ਆਪਾਂ ਫੋਨ ਜ਼ਰੂਰ ਰੱਖੇ ਆ ਪਰ ਉਹਨਾਂ ਦਾ ਸਹੀ ਇਸਤੇਮਾਲ ਕਰੀਏ, ਤਾਂ ਜੋ ਗਰੀਬਾਂ ਦਾ ਜਿਹਨਾਂ ਦਾ ਜਿਹੜੇ ਇੱਦਾਂ ਦੇ ਵਿਚਾਰੇ ਜਿਨ੍ਹਾਂ ਦੀਆਂ ਅਸੀਂ ਵੀਡੀਓ ਪਾਉਣੇ ਆ ਉਹਨਾਂ ਦੀ ਹੈਲਪ ਹੋ ਸਕੇ। ਵੀਡੀਓ ਪਾਉਣ ਦਾ ਸਾਡਾ ਮਕਸਦ ਇਹੀ ਹੁੰਦਾ, ਨਾ ਕਿ ਪਬਲਿਸਿਟੀ ਕਰਨਾ। ਕਈ ਵੀਰ ਕਹਿ ਦਿੰਦੇ ਨੇ ਵੀ ਇਹ ਦਿਖਾਵਾ ਕਰਦੇ ਨੇ, ਦਿਖਾਵਾ ਕਰਕੇ ਵੀ ਜੇ ਕਿਸੇ ਦਾ ਭਲਾ ਹੁੰਦਾ ਤਾਂ ਉਹਨੂੰ ਦਿਖਾਵਾ ਨਹੀਂ ਕਿਹਾ ਜਾ ਸਕਦਾ, ਤੁਸੀਂ ਵੀ ਕਰ ਸਕਦੇ ਹੋ ਇਹ ਦਿਖਾਵਾ। ਹਰੇਕ ਵੀਰ ਕੋਲ ਵੱਡੇ ਵੱਡੇ ਫੋਨ ਆ, ਹੈ ਨਾ, ਹਰੇਕ ਬੰਦਾ ਇੰਟਰਨੈਟ ਯੂਜ਼ ਕਰਦਾ, ਤਾਂ ਛੋਟੀ ਜਿਹੀ ਕੋਸ਼ਿਸ਼ ਨਾਲ ਜੇ ਕਿਸੇ ਗਰੀਬ ਦਾ ਭਲਾ ਹੁੰਦਾ ਤਾਂ ਉਹ ਆਪਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ, ਕਿਉਂਕਿ ਅੱਜ ਹਾਲਾਤ ਇੱਦਾਂ ਦੇ ਬਣੇ ਹੋਏ ਆ, ਕੰਮ ਤਾਂ ਸਰਕਾਰਾਂ ਦੇ ਆ ਪਰ ਉਹ ਸਾਡੇ ਵਰਗੇ ਹੈ ਨਾ ਆਮ ਲੋਕਾਂ ਨੂੰ ਕਰਨੇ ਪੈਂਦੇ ਆ, ਕਿਉਂਕਿ ਉਹਨਾਂ ਨੇ ਖਾਣ 'ਤੇ ਲੱਕ ਬੰਨ੍ਹਾ ਹੋਇਆ। ਜਿਹੜੇ ਇੱਦਾਂ ਦੇ ਗਰੀਬ ਪਰਿਵਾਰਾਂ ਨੂੰ ਸਹੂਲਤਾਂ ਵੀ ਮਿਲੀਆਂ ਉਹ ਇਹਨਾਂ ਤੱਕ ਪਹੁੰਚਦੀਆਂ ਨਹੀਂ ਹੈਗੀਆਂ, ਤਾਂ ਇਸ ਕਰਕੇ ਇਹ ਜਿਹੜਾ ਛੋਟੇ ਛੋਟੇ ਬੱਚੇ ਆ ਜੀ ਬਹੁਤ ਨਾਇਸ ਆ ਵਿਚਾਰੇ, ਅਤੇ ਇਹਨਾਂ ਦੀ ਅੱਗੇ ਜ਼ਿੰਦਗੀ ਦਾ ਸਵਾਲ ਆ, ਇਹ ਪੜ੍ਹ ਲਿਖ ਸਕਣ, ਕਿਉਂਕਿ ਹੁਣ ਤਾਂ ਇਹਨਾਂ ਤੋਂ ਪੜ੍ਹਿਆ ਤਾਂ ਨਹੀਂ ਜਾਂਦਾ ਹੋਣਾ, ਹੈ ਨਾ, ਦਾਖਲ ਤਾਂ ਨਹੀਂ ਕਰਵਾਇਆ ਹੋਣਾ, ਕਿਉਂਕਿ ਨਾਂ ਵੀ ਨਹੀਂ ਆ, ਬੱਚਾ 5 ਸਾਲ ਦਾ ਇਹਦਾ ਨਾਂ ਨਹੀਂ ਦਾਖਲ ਕਰਵਾਇਆ ਸਕੂਲ 'ਚ, ਇੱਕ ਅੱਖਾਂ ਤੋਂ ਦਿਸਦਾ ਨਾ ਹੋਣ ਕਰਕੇ। ਅਤੇ ਕੋਈ ਵੱਡੀ ਗੱਲ ਨਹੀਂ, ਆਪਰੇਸ਼ਨ ਇਹਨਾਂ ਦਾ ਹੋ ਸਕਦਾ ਪਰ ਖਰਚਾ ਨਾ ਹੋਣ ਕਰਕੇ ਵਿਚਾਰੇ ਇਲਾਜ ਨਹੀਂ ਕਰਵਾ ਸਕੇ। ਸਾਡੇ ਨੰਬਰ ਹੈਗੇ ਆ ਜੀ 9465152 9592 97 ਦੂਰੀ ਵਾਰ ਫਿਰ ਰਿਪੀਟ ਕਰ ਦਿੰਦੇ ਹਾਂ, 9465152 9592 97 98 37 ਹਰਦੀਪ ਸਿੰਘ ਨਾਮ ਹੈ ਜੀ ਮੇਰਾ। ਇਹਨਾਂ ਨੰਬਰਾਂ 'ਤੇ ਕੰਟੈਕਟ ਕਰਕੇ ਤੁਸੀਂ ਇਹ ਪਰਿਵਾਰ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ। ਅਸੀਂ ਕੱਲ੍ਹ ਜਾਂ ਪਰਸੋਂ ਤੱਕ ਇਹ ਬੱਚਿਆਂ ਨੂੰ ਹੋਸਪਿਟਲ ਵਿੱਚ ਲੈ ਕੇ ਜਾਵਾਂਗੇ, ਤਾਂ ਉੱਥੇ ਜਿਹੜਾ ਵੀ ਖਰਚਾ ਦੱਸਣਗੇ ਡਾਕਟਰ ਉਹ ਤੁਹਾਨੂੰ ਤੁਸੀਂ ਸਾਡੇ ਨਾਲ ਫੋਨ 'ਤੇ ਕੰਟੈਕਟ ਕਰਕੇ ਪੁੱਛ ਸਕਦੇ ਹੋ। ਅਤੇ ਬਸ ਬੇਨਤੀ ਇਹੀ ਆ ਵੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੀ ਯਾਰ, ਜਿੰਨੀ ਵੀ ਹੋ ਸਕਦੀ ਆ, ਤਾਂ ਜੋ ਇਹ ਗਰੀਬ ਮਾਂ ਬਾਪ ਦਾ ਜਿਹੜਾ ਸਹਾਰਾ ਨੇ ਬੱਚੇ ਉਹਨਾਂ ਦਾ ਭਲਾ ਹੋ ਸਕੇ। ਅਤੇ ਇਹ ਭੈਣ ਵਿਚਾਰੀ ਜਿਹੜੀ ਅੱਜ ਦੋ ਪੁੱਤਾਂ ਦੀ ਮਾਂ ਪਰ ਉਹ ਦੋਵਾਂ ਪੁੱਤਾਂ ਨੂੰ ਅੱਖਾਂ ਤੋਂ ਨਹੀਂ ਦੱਸਦਾ ਹੈਗਾ, ਭੈਣੇ ਰੋਣਾ। ਅਤੇ ਇਹੀ ਬੇਨਤੀ ਹੁੰਦੀ ਆ, ਬਹੁਤ ਦੁਖੀ ਪਰਿਵਾਰ ਨੇ ਆਪਣੇ ਪੰਜਾਬ ਦੇ ਵਿੱਚ, ਅਤੇ ਆਪਾਂ ਨੂੰ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਕਲੱਬ ਬਣੇ ਹੋਏ ਆ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ, ਕੋਈ ਸਰਾਵਾਂ ਪਿੰਡ ਛੋਟਾ ਪਿੰਡ ਨਹੀਂ ਹੈਗਾ ਯਾਰ। ਅਤੇ ਛੋਟੀ ਜਿਹੀ ਕੋਸ਼ਿਸ਼ ਹੈ ਨਾ, ਕੋਈ ਵੱਡਾ ਕੰਮ ਨਹੀਂ ਹੈਗਾ ਜੀ, ਆਪਾਂ 2-10 ਰੁਪਈਏ ਵੀ ਇਕੱਠੇ ਕਰੀਏ ਤਾਂ ਮੈਨੂੰ ਲੱਗਦਾ ਆਰਾਮ ਨਾਲ ਇਹ ਪਿੰਡ ਐਡਾ ਕੁ ਹੈਗਾ ਵੀ ਆਰਾਮ ਨਾਲ ਇਹਨਾਂ ਦੇ ਇਲਾਜ ਲਈ ਪੈਸੇ ਇਕੱਠੇ ਹੋ ਸਕਦੇ ਆ। ਪਰ ਕੋਈ ਅੱਗੇ ਆ ਕੇ ਨਹੀਂ, ਖਤਮ ਗੱਲ ਇੱਥੇ ਹੋ ਜਾਂਦੀ ਵੀ ਆਪਾਂ ਕੀ ਲੈਣਾ, ਪਰ ਇਹ ਨਹੀਂ ਪਤਾ ਰੱਬ ਨੇ ਕਿਹਦੇ 'ਤੇ ਮਾੜੇ ਦਿਨ ਲੈ ਆਉਣੇ ਆ, ਇਹ ਚੰਗੇ ਮਾੜੇ ਦਿਨਾਂ ਦਾ ਪਤਾ ਨਹੀਂ ਹੈਗਾ। ਪਰ ਆਪਣੇ ਲੋਕ ਕੀ ਸੋਚਦੇ ਨੇ, ਇਹ ਸੋਚਦੇ ਨੇ ਵੀ ਅਸੀਂ ਕੀ ਲੈਣਾ, ਅਸੀਂ ਚੰਗੇ ਭਲੇ ਹਾਂ, ਪਰ ਇਹ ਮੁਸੀਬਤ ਦਾ ਇਹ ਦੁੱਖਾਂ ਦਾ ਪਹਾੜ ਪਤਾ ਨਹੀਂ ਕਿਹੜੇ ਵੇਲੇ ਕਿਹਦੇ 'ਤੇ ਟੁੱਟ ਪੈਣਾ। ਰੱਬ ਦਿੰਦਾ ਵੀ ਛੱਪੜ ਪਾੜ ਕੇ, ਅਤੇ ਜਦੋਂ ਖੋਹਦਾ ਉਹਦੇ ਰੰਗਾਂ ਨੂੰ ਆਪਾਂ ਜਾਣ ਨਹੀਂ ਸਕਦੇ। ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੁੰਦੀ ਹੈ ਯਾਰ, ਤੁਹਾਡੇ ਸਾਥ ਦੀ ਵੱਧ ਤੋਂ ਵੱਧ ਲੋੜ ਆ ਸਾਨੂੰ, ਜੇ ਅਸੀਂ ਸੇਵਾ ਵਿੱਚ ਲੱਗੇ ਹੋਏ ਹਾਂ ਨਾ, ਸ਼ੱਕ ਕਰਨ ਦੀ ਬਜਾਏ, ਮਾੜਾ ਕਹਿਣ ਦੀ ਬਜਾਏ ਤੁਸੀਂ ਆਪ ਖੁਦ ਕਰੋ ਜਾਂ ਸਾਡਾ ਸਾਥ ਦਿਓ। ਇੰਨੀ ਹੀ ਬੇਨਤੀ ਹੈ ਜੀ, ਸਤਿ ਸ਼੍ਰੀ ਅਕਾਲ ਜੀ।